ਕਿਸਾਨ ਵੀਰੋ ਸਤਿ ਸ਼੍ਰੀ ਅਕਾਲ, ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਯੂਟਿਊਬ ਚੈਨਲ ਦੇ ਵਿੱਚ। ਸੋ ਜਿਹੜੇ ਵੀਰ ਚੈਨਲ 'ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ, ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ, ਨਾਲ ਲੱਗੇ ਬੈਲ ਬਟਨ ਨੂੰ ਵੀ ਆਲ 'ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਸੋ ਕਿਸਾਨ ਵੀਰੋ, ਅੱਜ ਦੀ ਜਿਹੜੀ ਵੀਡੀਓ ਆ ਇਹਦੇ ਵਿੱਚ ਜਿਹੜੇ ਜ਼ਿਆਦਾ ਨਾਗ ਆਪਾਂ ਤੁਹਾਨੂੰ ਵਹਿੜਾਂ ਦੇ ਗਾਵਾਂ ਦੇ ਦਿਖਾਵਾਂਗੇ। ਬਿਲਕੁਲ ਦੋਸਤੋ ਤਾਜ਼ੀਆਂ ਸੂਈਆਂ ਹੋਈਆਂ ਵਹਿੜਾਂ ਨੇ। ਏਰੀਆ ਵੀ ਜਿਹੜਾ ਦੋਸਤੋ ਪਿੰਡ ਸ਼ੀਹਾਂਪਾੜੀ ਤਹਿਸੀਲ ਜੀਰਾ ਜ਼ਿਲ੍ਹਾ ਜਿਹੜਾ ਸਾਨੂੰ ਫਿਰੋਜ਼ਪੁਰ ਲੱਗਦਾ ਜੀ। ਮਹੂ ਤੋਂ ਤਕਰੀਬਨ ਦੋਸਤੋ ਜਿਹੜੀ ਪਿੰਡ ਦੀ ਦੂਰੀ ਆ 5 ਕਿਲੋਮੀਟਰ ਦੀ ਆ, ਜੀਰੇ ਸ਼ਹਿਰ ਤੋਂ ਤਕਰੀਬਨ 12 ਤੋਂ 13 ਕਿਲੋਮੀਟਰ ਦੀ ਦੂਰੀ, ਅਤੇ ਦੋਸਤੋ ਇਹ ਜਿਹੜਾ ਪਿੰਡ ਹੈਗਾ ਪਿੰਡ ਸ਼ੀਹਾਂਪਾੜੀ, ਓਨਰ ਇਸ ਦੇ ਵੀਰ ਗੁਰਵਿੰਦਰ ਸਿੰਘ ਜੀ ਨੇ। ਵੀਰ ਗੁਰਵਿੰਦਰ ਸਿੰਘ ਜੀ ਜਿਹੜਾ ਵਪਾਰ ਦਾ ਕੰਮ ਕਰਦੇ ਆ, ਅਤੇ ਵਪਾਰ ਦਾ ਕੰਮ ਜਿਹੜਾ ਕਾਫੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਨੇ। ਵਹਿੜਾਂ 'ਤੇ ਚੰਗੀਆਂ ਮੱਝਾਂ ਲਿਆ ਕੇ ਦੋਸਤੋ ਬਹੁਤ ਵੀਰ ਹੋਣਾ ਸੇਲ ਕੀਤੀਆਂ ਨੇ, ਚੰਗੇ ਰਵੇ ਦੀਆਂ ਮੱਝਾਂ ਵੀ ਵੀਰ ਹੋਣਾ ਦੇ ਕੋਲ ਆਉਂਦੀਆਂ ਰਹਿੰਦੀਆਂ ਨੇ। ਗੁਰਵਿੰਦਰ ਵੀਰ ਜੀ ਓਨਰ ਨੇ, ਚੱਲਦੇ ਹਾਂ ਓਨਰ ਹੋਣਾ ਕੋਲ ਪੁੱਛ ਲੈਂਦੇ ਹਾਂ ਵੀਰ ਹੋਣਾ ਕੋਲ ਇਹਨਾਂ ਜਿਹੜੀ ਵਹਿੜਾਂ ਦੀ ਕੀ ਇਨਫੋਰਮੇਸ਼ਨ ਹੈ। ਸੋ ਜੇਕਰ ਗੁਰਵਿੰਦਰ ਵੀਰੇ ਆਪਾਂ ਪਹਿਲੀ ਇਸ ਵਹਿੜ ਦੀ ਗੱਲ ਕਰੀਏ, ਵਹਿੜ ਦੀ ਗੱਲ ਕਰੀਏ ਤਾਂ ਕੀ ਇਸਦਾ ਰਿਕਾਰਡ ਹੈਗਾ ਜੀ? ਵਹਿੜ ਵੀਰੇ ਪਹਿਲੇ ਸੂਏ ਸੂਈ ਹੋਈ ਆ। ਠੀਕ ਹੈ ਜੀ। ਹਾਂਜੀ, ਅੱਜ ਦੂਜਾ ਦਿਨ ਆ ਸੂਈ ਨੂੰ ਇਹਨੂੰ। ਠੀਕ ਹੈ ਜੀ। 15 ਕਿਲੋ ਇਹਦੇ ਥੱਲੇ ਬੋਲਾ ਵਾ। ਓਕੇ ਵੀਰ ਜੀ, ਤੇ ਇਹ ਸੂਆ ਵੀਰੇ ਕਿੰਨਵਾਂ ਸੀ? ਪਹਿਲਾ ਹੀ ਆ, ਪਹਿਲਾ ਸੂਆ ਹੈ, ਤੇ ਮਗਰ ਵੱਛੀ ਆ ਗਈ ਹੈ ਨਾ ਇੱਥੇ। ਹਾਂਜੀ, ਮਗਰ ਵੱਛੀ। ਤੇ ਕੱਲ ਦੀ ਮਤਲਬ ਕਿ ਸੂਈ ਹੈ ਜੀ? ਹਾਂਜੀ ਹਾਂਜੀ, ਕੱਲ ਦੀ ਸੂਈ ਹੈ। ਠੀਕ ਆ। ਤੇ ਦੁੱਧ 15 ਕਿਲੋ ਬੋਲਾ ਦੱਸਦਾ ਤੁਸੀਂ ਹੈ ਨਾ? 15 ਕਿਲੋ ਮਤਲਬ ਕਿ ਚੁਆਈ 15 ਲੀਟਰ ਦੀ ਕਰ ਸਕਦਾ ਕੋਈ? ਠੀਕ ਆ, ਥੋੜਾ ਹੀ ਥੱਲੇ ਛੱਡਿਆ ਵਾ ਕਿਲੋ ਕੀ। ਠੀਕ ਆ ਜੀ, ਠੀਕ ਆ, ਠੀਕ ਆ। ਸੋ ਦੋਸਤੋ ਪਹਿਲਾਂ ਜਿਹੜੀ ਆ ਪਲੂਨ ਵਹਿੜ ਸੂਈ ਸੀਗੀ, ਤੇ ਵੀਰ ਹੁਣਾਂ ਦੱਸਿਆ ਵੀ ਜਿੱਦਾਂ 15 ਲੀਟਰ ਬੋਲੇ ਦੇ ਵਿੱਚ ਦੁੱਧ ਰੈਡੀ ਹੈ, ਤੇ ਗੁਰਵਿੰਦਰ ਵੀਰੇ ਕਿੰਨਾ ਕੁ ਦੁੱਧ ਜਿਹੜਾ ਤਿਆਰ ਕਰਦੇ ਕੀ ਪੀਕ ਲੈਵਲ ਤੇ ਆ? ਗੁਰਵਿੰਦਰ ਵੀਰ ਇੱਕ ਵਾਰੀ ਨੂੰ ਖੋਲ ਕੇ ਤੋਰ ਵੀ ਲਈਏ। ਆਰਡਰ ਦੀ ਕੁਆਲਿਟੀ ਦੋਸਤੋ ਤੁਸੀਂ ਜ਼ਰੂਰ ਚੈੱਕ ਕਰ ਸਕਦੇ ਹੋ, ਸੋਹਣਾ ਆਰਡਰ ਹੈ ਦੋਸਤੋ। ਵਿਰਲਾਂ ਦੇ ਵਿੱਚ ਥਾਣੇ ਮੁੱਠੀ ਵਾਲਾ ਥਾਣਾ, ਬਾਕੀ ਤੁਸੀਂ ਵੀਡੀਓ ਦੇ ਵਿੱਚ ਪੂਰੀ ਪ੍ਰੋਪਰ ਜਿਹੜੀ ਚੀਜ਼ ਚੈੱਕ ਕਰਕੇ ਫਿਰ ਵੀਰ ਹੁਣਾਂ ਨਾਲ ਗੱਲਬਾਤ ਕਰਕੇ ਮੁੱਲ ਵਗੈਰਾ ਤੈਅ ਵੀ ਕਰ ਸਕਦੇ ਹੋ। ਡਿਮਾਂਡ ਇੱਕ ਵਾਰੀ ਫਿਰ ਦੱਸ ਦਿੰਦੇ ਹਾਂ ਜੀ, 60,000 ਰੁਪਇਆ ਜਿਹੜੀ ਇਸ ਵਹਿੜ ਦੀ ਵੀਰ ਹੁਣਾਂ ਨੇ ਡਿਮਾਂਡ ਕੀਤੀ ਆ। ਘੁਮਾ ਲਓ ਜੀ। ਸੋਹਣਾ ਆਰਡਰ ਹੈ ਦੋਸਤੋ, ਵਧੀਆ ਚੰਗਾ ਬਾਕੀ ਜਿਹੜਾ ਮਿਲ ਕੇ 20+ ਜਿਹੜਾ ਮਿਲ ਕੇ ਚੱਲੇਗੀ, ਬਾਕੀ ਪੂਰਾ ਜਿਹੜਾ ਕੱਦਕਾਠ ਹੈ ਮੀਡੀਅਮ ਕੱਦਕਾਠ ਹਾਈਟ ਦੀ ਆ। ਅਤੇ ਗੁਰਵਿੰਦਰ ਵੀਰੇ ਦੂਜੇ ਨੰਬਰ 'ਤੇ ਜਿਹੜੀ ਵਹਿੜ ਆ ਗਈ ਆ ਇਹ ਵੀਰੇ ਦੂਜੇ ਸੂਏ ਸੂਈ ਹੋਈ ਆ। ਠੀਕ ਹੈ ਜੀ। ਹਾਂਜੀ, ਅਤੇ ਅੱਜ ਕਿੰਨੇ ਦਿਨ ਦੀ ਸੂਈ ਹੈ ਜੀ? ਅਭੀ ਇਹਨੂੰ ਸੂਈ ਨੂੰ ਅੱਜ ਵੀਰੇ ਹੋ ਗਏ 3 ਦਿਨ। 3 ਦਿਨ ਹੋ ਗਏ, ਮਗਰ ਬੱਚਾ ਵੀਰੇ ਆ ਗਿਆ ਇਹਦੇ? ਕੀ ਇਹਦੇ ਬੱਚਾ ਜੀ, ਮਗਰ ਬੱਚਾ ਆ ਗਿਆ। ਹਾਂਜੀ। ਸੋ ਦੋਸਤੋ 3 ਦਿਨ ਹੋ ਗਿਆ ਸੂਈ ਨੂੰ, ਤੇ ਵੀਰੇ ਕਿੰਨਾ ਕੁ ਹੁਣ ਥੱਲੇ ਬੋਲੇ ਦੇ ਵਿੱਚ ਹੈਗਾ ਦੁੱਧ? ਵੀਰੇ ਹੈਗਾ 18 ਕਿਲੋ। 18 ਲੀਟਰ ਆ ਜੀ? ਹਾਂਜੀ, ਚੁਆਈ ਮਤਲਬ ਕਿ ਬਿਲਕੁਲ ਚੁਆਈ ਕਰਵਾ ਦੋਗੇ 18 ਲੀਟਰ ਦੀ? ਦੋਵੇਂ ਟਾਈਮ ਆਪਣੇ ਕੋਲ, ਭਾਵੇਂ 3 ਟਾਈਮ ਚੋ ਕੇ ਲੈ ਜਾ ਉਹਦੀ ਜਿਵੇਂ। ਠੀਕ ਆ, ਠੀਕ ਆ ਜੀ। ਸੋ ਦੋਸਤੋ 18 ਲੀਟਰ ਦੀ ਚੁਆਈ ਹੈ, ਤੇ ਵੀਰੇ ਸੂਆ ਕਿੰਨਾ ਦੱਸਦਾ ਸੀ ਇਹ? ਸੂਆ ਦੂਜਾ ਵੀਰੇ, ਦੂਜਾ ਸੂਆ। ਕਿਸਾਨ ਵੀਰੋ ਜ਼ਰੂਰ ਨੋਟ ਕਰ ਸਕਦੇ ਹੋ, ਦੂਜਾ ਸੂਆ ਤੇ ਮੂੰਹ ਕਿੰਨਾ? ਮੂੰਹ ਛਿੱਗੀ ਹੈ, ਛਿੱਗੀ ਹੈ ਮੂੰਹ। ਠੀਕ ਆ, ਤੇ ਜਿਹੜੀ ਆਪਾਂ ਪਹਿਲਾਂ ਵੇੜ ਵਿਖਾਤੀ ਹੈ ਉਹ ਮੂੰਹ ਦੋਂਦੀ ਸੀ ਜਾਂ ਚੌਗੀ ਸੀ? ਚੌਗੀ ਸੀ ਮੂੰਹ। ਠੀਕ ਆ, ਤੇ ਗੁਰਵਿੰਦਰ ਵੀਰੇ ਇਹਦਾ ਮੁੱਲ ਵੀ ਦੱਸ ਦੇ ਹੁਣ। ਇਹਦਾ ਮੁੱਲ ਵੀ ਵੀਰ ਕਰਦੇ ਆ 60,000। 60,000 ਕਰਦੇ ਆ ਜੀ? ਹਾਂਜੀ। ਤੇ ਮਿਲਕ ਕਿੰਨਾ ਚਵਾ ਦੇਗੀ ਇਹ ਵੀ? ਮਿਲਕ ਵੀਰੇ 20 ਤੋਂ ਬਾਹਰ ਹੀ ਜਾਊਗੀ। ਠੀਕ ਆ, ਯਾਨੀ ਕਿ 3 ਦਿਨ ਹੋ ਗਏ ਸੂਈ ਨੂੰ ਤੇ 18 ਲੀਟਰ ਤਾਂ ਹੋਣੇ ਹੀ ਆ। ਠੀਕ ਆ ਜੀ। ਹਾਂਜੀ। ਸੋ ਦੋਸਤੋ 20 ਲੀਟਰ ਤੋਂ ਪਾਰ ਜਿਹੜਾ ਦੁੱਧ ਕਰ ਦੇਵੇਗੀ, ਚਵਾਈ ਸੋਹਣੀ ਵੀਰ ਹੋਣੀ ਕਹਿੰਦੀ ਆ। ਤੇ ਥਣਾ ਦੀ ਕੁਆਲਿਟੀ ਜਿਹੜੀ ਤੁਸੀਂ ਜ਼ਰੂਰ ਆਪਦੀ ਨੋਟ ਕਰ ਸਕਦੇ ਹੋ, ਵਧੀਆ ਥਣਾ।
ਠੀਕ ਆ ਜੀ, ਇਹਨੂੰ ਵੀ ਮਾੜਾ ਤੋਰ ਹੀ ਲਈ ਵੀਰ। ਬਾਕੀ ਡਿਮਾਂਡ ਜਿਹੜੀ ਦੋਸਤੋ ਇਸਦੀ ਵੀ ਜਿਹੜੀ 60,000 ਵੀਰ ਹੋਣਾ ਕੀਤੀ ਹੈ। ਬਾਕੀ ਮੌਕੇ 'ਤੇ ਆਓ, ਚੁਬਾਈ ਕਰੋ, ਆਪਦੀ ਚੈੱਕ ਪਾਸ ਕਰੋ ਅਤੇ ਬਾਕੀ ਕਿਸਾਨ ਵੀਰੋ ਜਿਹੜੀ 3 ਦਿਨਾਂ ਦੀ ਸੂਈ ਆ ਅਤੇ ਮਿਲਕ ਵੀਰ ਹੋਣਾ ਦੱਸ ਹੀ ਦਿੱਤਾ ਵੀ ਜਿੱਦਾਂ 20 ਤੋਂ ਪਾਰ ਚੱਲੇਗੀ ਇਹ ਬੈਡ ਵੀ। ਬਾਕੀ ਜਿਸ ਜਿਸ ਮੇਰੇ ਵੀਰ ਭਰਾ ਨੇ ਲੈਣੀ ਆ, ਤੁਸੀਂ ਆਪਣੀ ਵੈੜ ਦੀ ਤਸੱਲੀ ਜਿਹੜੀ ਆਪਦੀ ਹੱਥੀ ਆ ਕੇ ਮੌਕੇ 'ਤੇ ਚੁਬਾਈ ਕਰੋ ਜਿਹੜੀ ਸੂਈ ਆ ਵੈੜ। ਠੀਕ ਆ ਜੀ, ਠੀਕ ਆ। ਤੇ ਗੁਰਮਿੰਦਰ ਵੀਰੇ ਮਾਨਤਾ ਨੇ ਇਹਦਾ ਕਿੰਨਾ ਕੀਤਾ ਜਾਵੇਗਾ, ਖੁੱਲ੍ਹ ਕੇ ਕਰ ਦੋਗੇ? ਕਰ ਦਾਂਗੇ ਵੀਰੇ, ਹਨਾ, ਘਰ ਪਹੁੰਚਿਆ ਤਾਂ ਮਾਨਤਾ ਜ਼ਰੂਰ ਆ, ਖੁੱਲ੍ਹ ਕਰ ਦਿਓ ਹੈ। ਅਤੇ ਤੀਜੇ ਨੰਬਰ 'ਤੇ ਵੀਰੇ ਆ ਗਈ ਵੈੜ ਆਪਣੇ ਕੋਲ, ਬਲੈਕ ਐਚ ਐਫ ਦੇ ਵਿੱਚ ਹੀ ਆ ਗਈ ਵੀ ਨਾ। ਠੀਕ ਆ ਜੀ, ਅਤੇ ਮਗਰ ਬੱਚਾ ਇਹਦੇ ਕੀ ਆ ਗਿਆ? ਇਹਦੇ ਮਗਰ ਬੱਚਾ। ਤੇ ਕਿੰਨੇ ਕੁ ਦਿਨ ਹੋ ਗਏ ਸੂਈ ਨੂੰ? ਇਹਨੂੰ ਸੂਈ ਨੂੰ ਅੱਜ 4 ਦਿਨ ਹੋ ਗਏ। ਠੀਕ ਆ, ਅਤੇ ਦੁੱਧ ਵੀਰੇ ਕਿੰਨੇ ਦੇ ਬਹੁਲੇ 'ਤੇ ਚੱਲਣ ਡੇ? ਇਸ ਟਾਈਮ ਹੈਗਾ 15 ਕਿਲੋ। 15 ਕਿਲੋ ਹੈ, ਠੀਕ ਆ। ਬਾਕੀ ਹਵਾਨੇ ਦੀ ਬਿਲਕੁਲ ਸਾਫ਼ ਹੈ ਨਾ ਵੀਰੇ? ਨਜ਼ਦੀਕ ਤੋਂ ਜ਼ਰੂਰ ਚੈੱਕ ਕਰ ਲਓ, ਵੀਰ ਹੁਣ ਦੱਸ ਹੀ ਦਿੱਤਾ ਥੋੜਾ ਬਾਈ ਦਾ ਰੱਖਦੀ ਆ ਇੱਕ ਪਾਸੇ ਦੀ। ਬਾਕੀ ਜਿਹੜੀ ਦੁੱਧ ਦੀ ਚੁਬਾਈ ਆ ਬਿਲਕੁਲ ਜਿਹੜੀ ਤੁਹਾਨੂੰ ਪ੍ਰੋਪਰ ਸਹੀ ਮਿਲੇਗੀ, 15 ਲੀਟਰ ਦੀ ਜਿਹੜੀ ਚੁਬਾਈ ਅੱਜ ਦੇ ਸਮੇਂ ਹੈਗੀ ਆ। ਤੇ ਵੀਰੇ ਇਹ ਵੀ ਕਿੰਨਾ ਕੁ ਦੁੱਧ ਪਾ ਦੂਗੀ ਫਿਰ ਗੁਰਵਿੰਦਰ? ਅਠਾਰਾਂ ਲੀਟਰ ਚਵਾ ਦੇਗੀ, ਠੀਕ ਆ। ਤੇ ਮੁੱਲ ਇਹਦਾ ਕੀ ਰੱਖਿਆ ਹੋਇਆ ਆਪਾਂ? 50,000 ਠੀਕ, ਮਾਨਤਾ ਵਿੱਚ ਹੋ ਜਾਏ ਨਾ, ਠੀਕ ਹੈ ਭਰਾ ਜੀ। ਅਤੇ ਇਹਨੂੰ ਵੀ ਮਾੜਾ ਖੋਲ ਹੀ ਦਈਏ ਜੀ। ਬਾਕੀ ਦੋਸਤੋ ਤੁਸੀਂ ਵੇਖ ਕੇ ਚੈੱਕ ਕਰ ਲਿਓ, 50,000 ਰੁਪਈਆ ਡਿਮਾਂਡ ਵੀਰ ਹੋਣਾ ਇਸ ਬੈਡ ਦੀ ਵੀ ਕਰ ਲਈ ਆ। ਅਤੇ ਮਾਨਤਾ ਜਿਹੜਾ ਸਾਰੇ ਪਸ਼ੂਆਂ ਦੇ ਵਿੱਚ ਕੀਤਾ ਜਾਵੇਗਾ ਘਰ ਪਹੁੰਚਿਆਂ ਦਾ। ਘੁੰਮਾ ਲਓ ਜੀ, ਇਹਦੇ ਮਗਰ ਬੱਚਾ ਆ ਗਿਆ ਨਾ। ਠੀਕ ਹੈ, ਠੀਕ ਆ। ਸੋ ਗੁਰਵਿੰਦਰ ਵੀਰੇ ਇੱਕ ਜਿਹੜਾ ਕੰਟੈਕਟ ਨੰਬਰ ਹੈ ਉਹ ਵੀਰਾਂ ਨੂੰ ਜ਼ਰੂਰ ਬੋਲ ਕੇ ਦੱਸ ਦਈਏ ਆਪਣੇ। 97-8-19-65-4-52 ਇੱਕ ਵਾਰੀ ਫਿਰ ਬੋਲ ਦਈਏ ਵੀਰੇ। 97-8-19-65-4-52 ਠੀਕ ਆ। ਸੋ ਦੋਸਤੋ ਇਹ ਸੀ ਵੀਰ ਹੋਣਾ ਕੋਲ 3 ਬੈੜਾਂ, ਇਸ ਦੇ ਨਾਲ ਇੱਕ ਦੋਸਤੋ ਹੋਰ 3 ਤੋਂ 4 ਵੀਰ ਹੋਣਾ ਕੋਲ ਜਾਨਵਰ ਨੇ, ਉਹ ਇੱਕ ਅਗਲੀ ਵੀਡੀਓ ਦੇ ਵਿੱਚ ਆਪਾਂ ਅਪਲੋਡ ਕਰ ਦੇਣੇ ਆ, ਅਤੇ ਸਾਰੇ ਵੀਰ ਉਹ ਵੀਡੀਓ ਵੀ ਜ਼ਰੂਰ ਦੇਖ ਲਿਓ। ਸੋ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।